ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਿਧਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਲਕਮ, ਸਵਾਗਤ ਆਪ ਜੀ ਦਾ ਸਭ ਦਾ ਜੀ ਆਇਆਂ ਨੂੰ ਸਾਡੇ ਲਾਈਵ ਪ੍ਰੋਗਰਾਮ ਫੋਨ ਕਾ ਫੰਡਾ ਚ। ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਸਕਦੇ ਹੋ, ਘਰ ਬੈਠ ਕੇ ਸਾਡੇ ਨਾਲ ਜੁੜ ਸਕਦੇ ਹੋ। ਟੀਵੀ ਸਕਰੀਨ ਤੇ ਨੰਬਰ ਚੱਲ ਰਿਹਾ, ਉਸ ਨੂੰ ਡਾਇਲ ਕਰਕੇ, ਕਾਲ ਕਰਕੇ, ਆਪਣਾ ਨਾਮ ਦੱਸ ਕੇ, ਸ਼ਹਿਰ ਦਾ ਨਾਮ ਦੱਸ ਕੇ ਆਪਦੇ ਫੇਵਰੇਟ ਸਿੰਗਰ ਦਾ ਗਾਣਾ ਸੁਣ ਸਕਦੇ ਹੋ। ਤੇ ਹਾਂ, ਪੂਰਾ ਸਾਲ ਇਹ ਚੀਜ਼ ਇੱਦਾਂ ਹੀ ਚੱਲੇਗੀ। ਸੋ ਸਭ ਤੋਂ ਪਹਿਲਾਂ 2024 ਦਾ ਪਹਿਲਾ ਐਪੀਸੋਡ ਫੋਨ ਕਾ ਫੰਡਾ ਦਾ, ਤੇ ਅਸੀਂ ਸਭ ਨੂੰ ਨਵੇਂ ਸਾਲ ਦੀ ਵਧਾਈ ਦੇ ਰਹੇ ਹਾਂ। ਫੋਨ ਕਾ ਫੰਡਾ ਦੇ ਜਿੰਨੇ ਵੀ ਦਰਸ਼ਕ ਨੇ, ਚੜ੍ਹਦੀ ਕਲਾ ਟਾਈਮ ਟੀਵੀ ਦੇ ਜਿੰਨੇ ਵੀ ਦਰਸ਼ਕ ਨੇ, ਚਾਹਣ ਵਾਲੇ ਨੇ, ਪਿਆਰ ਕਰਨ ਵਾਲੇ ਨੇ, ਸੋ ਤੁਸੀਂ ਸਾਰੇ ਜੁੜੇ ਹੋਏ ਹੋ, ਜਿਸ ਤਰ੍ਹਾਂ ਪੁਰਾਣੇ ਸਾਲਾਂ ਤੋਂ ਜੁੜੇ ਆ ਰਹੇ ਹੋ, ਸਾਡੇ ਨਾਲ ਪਿਆਰ ਬਰਕਰਾਰ ਬਣਾ ਕੇ ਰੱਖਿਆ ਹੋਇਆ, ਉਸੇ ਤਰ੍ਹਾਂ ਇਸ ਸਾਲ ਵੀ ਤੁਸੀਂ ਸਾਡੇ ਨਾਲ ਇਹ ਪਿਆਰ ਨੂੰ ਇੱਦਾਂ ਹੀ ਬਰਕਰਾਰ ਰੱਖਣਾ, ਬਣਾ ਕੇ ਰੱਖਣਾ, ਸਾਡੇ ਨਾਲ ਜੁੜੇ ਰਹਿਣਾ, ਹੋਰ ਵੀ ਸਾਨੂੰ ਫੀਡਬੈਕਸ ਦੇਣੇ ਹੈਗੇ ਆਪਦੇ ਪਿਆਰ ਦੇ ਨਾਲ, ਸੋ ਇਸ ਪ੍ਰੋਗਰਾਮ ਦੇ ਵਿੱਚ ਜੁੜਨਾ। ਤੋ ਮੈਂ ਦੱਸ ਦਿੱਤਾ ਹੈਗਾ ਕੀ ਕਰਨਾ। ਟੀਵੀ ਸਕਰੀਨ ਦਾ ਨੰਬਰ ਹੈ 9-1-61-92-162। ਸੋ ਨਵਾਂ ਸਾਲ ਹੈ ਭਾਈ, ਅਸੀਂ ਤਾਂ ਹੁਣ ਮਨਾਉਣਾ, ਭਾਵੇਂ 30 ਅੱਜ 3 ਹੈ, ਪਰ ਕੋਈ ਗੱਲ ਨਹੀਂ, ਤੁਹਾਡਾ ਐਪੀਸੋਡ 2024 ਦਾ ਪਹਿਲਾ ਹੈ। ਸੋ ਅੱਜ ਪਹਿਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਜੁੜਨਾ ਹੈ। ਸੋ ਮੇਰੇ ਖਿਆਲ ਹੈ ਥੋੜ੍ਹਾ ਜਿਹਾ ਮਾਹੌਲ ਬਣਾ ਲਈਏ, ਥੋੜ੍ਹੇ ਜਿਹੇ ਪ੍ਰੋਗਰਾਮ ਦੇ ਵਿੱਚ ਜੁੜੀਏ ਤੁਹਾਡੇ ਨਾਲ। ਉਸ ਤੋਂ ਪਹਿਲਾਂ ਗਾਣਾ ਇੱਕ ਰੈਡੀ ਹੈ, ਉਹਨੂੰ ਇੰਜੋਏ ਕਰ ਲੈਂਦੇ ਹਾਂ। ਆ ਜਾਓ ਆਓ ਜੀ, ਜਿਵੇਂ ਕਿ ਪਤਾ ਇਹ ਪ੍ਰੋਗਰਾਮ ਦਾ ਕਨਸੈਪਟ ਕੀ ਹੈ, ਕਾਲ ਕਰਨਾ ਤੇ ਕਾਲਰ ਜੁੜ ਚੁੱਕੇ ਨੇ। ਆਓ ਫਿਰ ਗੱਲ ਕਰਦੇ ਹਾਂ, ਵੈਲਕਮ ਕਰਦੇ ਹਾਂ ਨਵੇਂ ਸਾਲ ਦਾ, ਆਗਾਜ਼ ਕਰਦੇ ਹਾਂ ਪਹਿਲੇ ਕਾਲਰ ਨਾਲ। ਹੈਲੋ, ਨਵਾਂ ਸਾਲ ਨਵੇਂ ਅਪਹਾਰ ਲੈ ਕੇ ਆਵੇ, ਖੁਸ਼ੀਆਂ ਖੇੜੇ ਮੌਜ ਬਹਾਰ ਲੈ ਕੇ ਆਵੇ ਜੀ, ਹਥੂਰੀਆ ਮੁੱਕ ਜਾਵੇ ਦਿਲਾਂ ਵਿੱਚੋਂ ਈਰਖਾ, ਨਵਾਂ ਸਾਲ ਸਭ ਲਈ ਪਿਆਰ ਲੈ ਕੇ ਆਵੇ, ਨਵਾਂ ਸਾਲ ਸਭ ਲਈ ਪਿਆਰ ਲੈ ਕੇ ਆਵੇ, ਫੁੱਲਾਂ ਕਲੀਆਂ ਵਾਂਗੂ ਘਰ ਘਰ ਮਹਿਕਾਊਗਾ, ਆਸਾਂ ਦਾ ਦੀਪ ਸਭਨਾ ਦੇ ਵਿਹੜੇ ਰਸ਼ਨਾਊਗਾ, ਦੁਆ ਹਠੂਰੀਆ ਰੱਬ ਨੂੰ ਨਿੱਤ ਹੀ ਕਰਦਾ ਰਹਿੰਦਾ ਹੈ, ਹਰ ਘਰ ਖੁਸ਼ੀਆਂ ਆਵਨ ਨਵੇਂ ਸਾਲ ਤੇ ਕਹਿੰਦਾ ਹੈ। ਆਪ ਜੀ ਨੂੰ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ, ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਇਕਬਾਲ ਸਿੰਘ, ਮੇਨ ਬਾਜ਼ਾਰ, ਹਠੂਰ ਤਹਿਸੀਲ, ਜਗਰਾਉਂ, ਜ਼ਿਲ੍ਹਾ ਲੁਧਿਆਣਾ ਵੱਲੋਂ ਹੈਪੀ ਨਿਊ ਈਅਰ, ਨਵਾਂ ਸਾਲ ਮੁਬਾਰਕ, ਨਵਾਂ ਸਾਲ ਮੁਬਾਰਕ, ਖੁਸ਼ੀਆਂ ਖੇੜੇ ਸਭ ਦੇ ਵਿਹੜੇ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਕਲੈਪਿੰਗ ਕਰ ਦਿਓ ਪਹਿਲਾਂ ਇਹਨਾਂ ਲਈ, ਔਰ ਜਿਸ ਤਰੀਕੇ ਦਾ ਤੁਸੀਂ ਆਪਣਾ ਆਗਮਨ ਕਰਦੇ ਹੋ, ਜਿਸ ਤਰੀਕੇ ਨਾਲ ਤੁਸੀਂ ਆਪਦੀ ਆਗਮਨ ਕਰਦੇ ਹੋ, ਸਭ ਤੁਹਾਡੇ ਮਤਲਬ ਜਾਣ ਪਹਿਚਾਣ ਦੇ ਤੁਸੀਂ ਮੁਹਤਾਜ ਨਹੀਂ ਹੈਗੇ, ਵੈਸੇ ਸਭ ਤੁਹਾਨੂੰ ਜਾਣਦੇ ਹੀ ਆਉਣ, ਆਲਮੋਸਟ ਅਸੀਂ ਇਹ ਕਹਿ ਸਕਦੇ ਹਾਂ। ਫੋਨ ਕਾ ਫੰਡਾ ਦੇ ਸਟਾਰ ਕੌਣ? ਇਕਬਾਲ ਹਠੂਰ। ਦੇਖੋ ਜੀ, ਸਟਾਰ ਨਹੀਂ, ਸਟਾਰ ਬਣਾਇਆ ਕੀ ਨੇ, ਮੈਂ ਕਿਹਾ ਤੁਸੀਂ ਆਪ ਹੀ ਬਣੇ ਹੋ ਮਹਾਰਾਜ, ਤੁਸੀਂ ਪਿਆਰ ਕਰਦੇ ਹੋ। ਨਹੀਂ ਨਹੀਂ, ਚੜ੍ਹਦੀ ਕਲਾ ਟਾਈਮ ਟੀਵੀ ਔਰ ਟੀਮ, ਸਾਰੀ ਟੀਮ ਦਾ, ਔਰ ਹੋਸਟ ਤੁਸੀਂ ਵੇਖੋ ਖੁਦ ਜੀ ਰਿਧਮ ਜੀ, ਸਾਰਿਆਂ ਦਾ ਯੋਗਦਾਨ ਹੁੰਦਾ। ਆਪਾਂ ਇੱਕ ਦੂਜੇ ਕੋਲੋਂ ਕਿੰਨਾ ਕੁਛ ਬੋਲਣਾ ਸਿੱਖਦੇ ਹਾਂ, ਆਪਾਂ ਬਹੁਤ ਕੁਛ ਸਿੱਖਦੇ ਹਾਂ ਜ਼ਿੰਦਗੀ ਦੇ ਵਿੱਚ, ਆਪਾਂ ਸਟੂਡੈਂਟ ਬਣ ਕੇ ਸਿੱਖ ਰਹੇ ਹਾਂ। ਔਰ ਇਹੀ ਹੋਣਾ ਚਾਹੀਦਾ, ਇਹ ਜ਼ਿੰਦਗੀ ਸਾਨੂੰ ਲੈਸਨ ਹੀ ਦਿੰਦੀ ਆ, ਸਾਰੀ ਜ਼ਿੰਦਗੀ ਲੈਸਨ ਦਿੰਦੀ ਆ। ਆਪਾਂ ਮੈਂ ਕਹਿੰਦਾ ਸੈਕਿੰਡ ਬੱਚਾ ਵੀ ਸਾਨੂੰ ਬਹੁਤ ਕੁਝ ਸਿਖਾਉਂਦਾ ਜੀ। ਬਿਲਕੁਲ ਬਿਲਕੁਲ, ਔਰ ਤੁਸੀਂ ਜਿਸ ਤਰੀਕੇ ਨਾਲ ਨਵੇਂ ਸਾਲ ਦੀ ਮੁਬਾਰਕਾਂ ਦਿੱਤੀਆਂ ਆਪ ਸਭ ਨੂੰ, ਤੁਹਾਡੇ ਪਰਿਵਾਰ ਨੂੰ, ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਔਰ ਬਹੁਤ ਹੀ ਖੂਬਸੂਰਤ 17 ਕਿ ਜਿਵੇਂ ਇਹਨਾਂ ਨੇ ਕਿਹਾ, ਸਿਰਫ ਇੱਕ ਛੋਟੀ ਜਿਹੀ ਚੀਜ਼ ਹੁੰਦੀ ਹੈ ਕਿ ਆਪਾਂ ਇਹੀ ਆਸ ਰੱਖਣੀ ਹੁੰਦੀ ਆ, ਉਮੀਦ ਰੱਖਣੀ ਹੁੰਦੀ ਹੈ ਕਿ ਯਾਰ ਆਪਾਂ ਪੋਜ਼ਿਟਿਵ ਰਹਿ ਪਾਈਏ, ਆਪਾਂ ਪਿਆਰ ਵੰਡ ਪਾਈਏ ਆਪਸ ਦੇ ਰਿਸ਼ਤਿਆਂ ਦੇ ਵਿੱਚ। ਕਾਲ ਕੱਟ ਗਿਆ ਮੇਰਾ ਖਿਆਲ, ਚਲੋ ਕੋਈ ਗੱਲ ਨਹੀਂ। ਸੋ ਬਸ ਕੀ ਕਹਿੰਦੇ ਆ, ਸੋਚ ਸਾਡੀ ਇਹੀ ਹੋਣੀ ਚਾਹੀਦੀ ਹੈ ਕਿ ਜੇ ਨਵੇਂ ਸਾਲ ਦਾ ਆਗਾਜ਼ ਹੋਇਆ, ਨਵੇਂ ਸਾਲ ਦੀ ਸ਼ੁਰੂਆਤ ਹੋਈ, ਚਲੋ ਕਿਸੇ ਬਹਾਨੇ ਹੀ ਸਹੀ, ਬੰਦਾ ਕਿਸੇ ਪਾਸੇ ਤੁਰਦਾ ਤਾਂ ਹੈ,
ਨਵਾਂ ਸਾਲ ਮੰਨ ਕੇ ਚੱਲ ਲਓ ਕਿ ਚਲੋ ਨਵਾਂ ਸਾਲ ਦੀ ਸ਼ੁਰੂਆਤ ਹੈ, ਹੁਣ ਨਵੇਂ ਤਰੀਕੇ ਨਾਲ ਕੀਤੀ ਜਾਏ, ਪੁਰਾਣੀਆਂ ਚੀਜ਼ਾਂ ਆਪਾਂ ਛੱਡ ਦੇਣੀਆਂ ਨੇ, ਪਿੱਛੇ 2023 ਚਲਾ ਗਿਆ, ਲੰਘ ਗਏ, ਉਹ ਚੀਜ਼ਾਂ ਉੱਥੇ ਹੀ ਰਹਿਣ ਦੀਏ। ਨਵੇਂ ਸਾਲ 2024 ਦੇ ਵਿੱਚ ਕਰਨ ਕਰਾਵਣ ਵਾਲਾ ਤਾਂ ਪਰਮਾਤਮਾ ਹੈ, ਪਰ ਇੱਕ ਸੋਚ ਤਾਂ ਜ਼ਰੂਰ ਰੱਖਿਆ ਕਰੀਏ ਕਿ ਯਾਰ ਐਟਲੀਸਟ ਆਹ ਚੀਜ਼ਾਂ ਸੁਧਾਰਨੀਆਂ ਨੇ ਇਸ ਸਾਲ ਦੇ ਵਿੱਚ, ਜਾਂ ਆਹ ਕੰਮ ਕਰਨੇ ਹੈ, ਜਾਂ ਆਹ ਜਿਹੜੇ ਸਾਡੀਆਂ ਕੁਆਲਿਟੀਜ਼ ਨੇ ਇਹ ਆਪਣੇ ਵਿੱਚ ਅਡੋਪਟ ਕਰਨੀਆਂ ਹੀ ਕਰਨੀਆਂ ਨੇ, ਔਰ ਜਿਹੜੀਆਂ ਡਿਸਕੁਆਲਿਟੀਜ਼ ਨੇ ਉਹਨਾਂ ਨੂੰ ਸਾਫ ਦੇ ਵਿੱਚੋਂ ਕੱਢਣਾ ਹੈ। ਸੋ ਗਾਣਾ ਰੈਡੀ ਹੈ ਇਕਬਾਲ ਜੀ ਲਈ, ਤੁਹਾਡੇ ਸਭ ਦੇ ਲਈ, ਆਓ ਫਿਰ ਇੰਜੋਏ ਕਰਦੇ ਹਾਂ। ਕਾਲਰ ਰੈਡੀ ਗੱਲ ਕਰਦੇ ਹਾਂ ਜੀ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ, ਕਿੱਥੋਂ ਗੱਲ ਕਰ ਰਹੇ ਹੋ? ਵਰਿੰਦਰ ਕੁਮਾਰ ਕਾਲੜਾ, ਮੰਡੀ ਲਾਡੂਗਾ, ਜ਼ਿਲ੍ਹਾ ਫਾਜ਼ਿਲਕਾ ਤੋਂ ਜੀ। ਨਵੇਂ ਸਾਲ ਦਾ ਬਹੁਤ ਬਹੁਤ ਮੁਬਾਰਕ ਆ ਵਰਿੰਦਰ ਜੀ, ਆਪ ਜੀ ਨੂੰ। ਸੇਮ ਟੂ ਯੂ ਜੀ। ਹੋਰ ਕੀ ਹਾਲ ਚਾਲ ਨੇ, ਠੀਕ ਠਾਕ ਹੋ? ਮੌਜਾ ਮੌਜਾ ਹੀ ਮੌਜਾ। ਹਾਏ ਹਾਏ, ਮੌਜਾ ਹੀ ਮੌਜਾ। ਤੇ ਦੋ ਦਿਨ ਪਹਿਲਾਂ ਤੇ ਠੰਡ ਕਾਫੀ ਰਹੀ, ਅੱਜ ਚਲੋ ਪਰਮਾਤਮਾ ਨੇ ਥੋੜੀ ਜੀ ਕੀ ਕਹਿੰਦੇ ਆ ਮਿਹਰ ਕੀਤੀ ਆ, ਧੁੱਪ ਦਿਖ ਰਹੀ ਅੱਜ। ਨਹੀਂ ਸਾਡੇ ਧੁੱਪ ਨਹੀਂ ਨਿਕਲੀ ਜੀ, ਬਸ ਏਦਾਂ ਹੀ ਆ, ਕੋਈ ਗੱਲ ਨੀ, ਬਸ ਥੋੜੀ ਥੋੜੀ ਏਦਾਂ ਹੀ, ਹੁਣ ਇੰਸਟਾਲਮੈਂਟ ਦੇ ਵਿੱਚ ਚੱਲਣੀ ਆ, ਕਿਸ਼ਤਾਂ ਦੇ ਵਿੱਚ ਧੁੱਪ ਚੱਲਣੀ ਆ ਸਾਰੇ ਕਿਤੇ। ਹਾਂਜੀ ਹਾਂਜੀ ਹਾਂਜੀ। ਫਿਰ ਕਿਵੇਂ ਸ਼ੁਰੂਆਤ ਹੋਈ ਨਵੇਂ ਸਾਲ ਦੀ, ਔਰ ਕੀ ਸੋਚਿਆ ਇਸ ਵਾਰ? ਬਹੁਤ ਵਧੀਆ ਜਾ ਰਿਹਾ ਨਵੇਂ ਸਾਲ, ਖੁਸ਼ੀਆਂ ਖੇੜੇ ਲੈ ਕੇ ਆਇਆ, ਬਹੁਤ ਵਧੀਆ ਨਵਾਂ ਸਾਲ ਚੱਲ ਰਿਹਾ ਜੀ। ਅੱਛਾ ਜੀ, ਮਤਲਬ ਤੁਹਾਡਾ ਨਵਾਂ ਸਾਲ ਵਧੀਆ ਚੜਿਆ ਹੈ? ਹਾਂਜੀ ਹਾਂਜੀ। ਤੇ ਪਿਛਲਾ ਸਾਲ ਕਿਵੇਂ ਦਾ ਰਿਹਾ, ਤੁਹਾਨੂੰ ਕੀ ਲੱਗਦਾ? ਵਧੀਆ ਜੀ, ਬਹੁਤ ਵਧੀਆ, ਵਧੀਆ ਕਿਰਪਾ ਰਹੀ ਹੈ, ਸ਼ੁਕਰ ਰਿਹਾ ਮਹਾਰਾਜ ਦਾ। ਇਹੀ ਚਾਹੀਦਾ ਹੈ, ਸਾਰੇ ਜਣੇ ਸੁਣ ਲਓ ਭਾਈ, ਸਾਰੇ ਜਣੇ ਨੋਟ ਕਰ ਲਓ, ਆਹੀ ਚੀਜ਼ ਜੇ ਆਹੀ ਬੋਲ ਸਾਡੀ ਜ਼ੁਬਾਨ ਤੇ ਰਹਿਣਗੇ ਨਾ, ਮੈਂ ਕਹਿੰਦਾ ਸਾਡੀ ਲਾਈਫ ਦੇ ਵਿੱਚ ਆਪਾਂ ਕਦੀ ਟੈਂਸਡ ਹੋ ਹੀ ਨਹੀਂ ਸਕਦੇ, ਕਿਉਂ ਵਰਿੰਦਰ ਜੀ? ਸਹੀ ਹੈ ਨਾ? ਹਾਂਜੀ, ਹਮੇਸ਼ਾ ਖਿੜੇ ਮੱਥੇ ਰਹੀਏ, ਪਰਮਾਤਮਾ ਦਾ ਸ਼ੁਕਰ ਕਰਦੇ ਰਹੀਏ, ਚਾਹੇ ਕੋਈ ਉਤਾਰ ਚੜਾਅ ਵੀ ਲਾਈਫ 'ਚ ਚੱਲ ਰਿਹਾ ਤਾਂ ਬਸ ਸ਼ੁਕਰ ਕਰਦੇ ਰਹੀਏ। ਇਹ ਸਮਾਂ ਹੁੰਦਾ ਹੈ, ਬੁਰਾ ਸਮਾਂ ਆਉਂਦਾ, ਕੋਈ ਮਾੜਾ ਸਮਾਂ ਆਉਂਦਾ, ਨਿਕਲ ਵੀ ਜਾਂਦਾ। ਸੋ ਜਿਵੇਂ ਦਿਨ ਹੈ ਨਾ, ਰਾਤ ਵੀ ਉਹਦੇ ਨਾਲ ਹੈਗੀ ਆ, ਸੋ ਜੇ ਸੁੱਖ ਹੈ ਤਾਂ ਥੋੜਾ ਬਹੁਤ ਦੁੱਖ ਵੀ ਨਾਲ ਨਾਲ ਚੱਲਦਾ ਰਹਿੰਦਾ, ਪਰ ਪਰਮਾਤਮਾ ਦਾ ਸ਼ੁਕਰ ਕਰਦੇ ਰਹੀਏ, ਅਰਦਾਸ ਕਰਦੇ ਰਹੀਏ, ਉਹ ਵੀ ਨਿਕਲ ਜਾਂਦਾ। ਬਹੁਤ ਬਹੁਤ ਮਿਹਰਬਾਨੀ ਵਰਿੰਦਰ ਜੀ, ਕਾਲ ਕਰਨ ਲਈ ਧੰਨਵਾਦ ਹੈ ਆਪ ਜੀ ਦਾ। ਹਾਂਜੀ, ਥੈਂਕ ਯੂ। ਏਦਾਂ ਹੀ ਖੁਸ਼ੀਆਂ ਖੇੜਿਆਂ ਵਾਲਾ 2024 ਵੀ ਆਪ ਜੀ ਦੇ ਲਈ ਰਹੇ। ਗਾਣਾ ਰੈਡੀ ਹੈ ਇਹਨਾਂ ਲਈ, ਆਓ ਇੰਜੋਏ ਕਰਦੇ ਹਾਂ। ਕਾਲਰ ਰੈਡੀ ਗੱਲ ਕਰਦੇ ਹਾਂ ਜੀ। ਹੈਲੋ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ, ਸਾਬਕਾ ਸਰਪੰਚ ਸਾਹਿਬ। ਹਾਂਜੀ 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 ਹਾਂਜੀ। ਜਿੰਨਾ ਉੱਥੇ ਆਈਆਂ ਉੱਤੋਂ ਬੁੱਧੀ ਸੰਦ ਸਾਰੇ ਇਕੱਠੀ, ਵੇਲੇ ਉੱਥੇ ਮੱਲੋ ਮੱਲੀ ਮਾਰਦਾ ਉਡਾਰੀਆਂ, ਪਿਆਲੇ ਨੂੰ ਜਿੱਥੇ ਬੁੱਲ ਨਾਲ ਲੱਗ ਜਾਣੇ ਉੱਥੇ, ਰਸ ਤੇ ਜ਼ਰੂਰ ਚੜੇ ਝੂਮਾਂ ਉਹਨੂੰ ਪਿਆਰੀਆਂ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਲੜਾਈਆਂ ਜਿੰਨਾ ਬੁੱਧੋਂ ਪਾਰ ਉਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਥੂਲ ਤੇ ਫੱਟੇ ਨਾਲ ਸਾਡੀਆਂ ਲੱਗ ਗਈਆਂ ਜਾ ਰਹੀਆਂ। ਨਵੇਂ ਸਾਲ ਦੀਆਂ ਮੁਬਾਰਕਾਂ ਜੀ, ਮੁਬਾਰਕਾਂ ਆਪ ਜੀ ਨੂੰ ਵੀ, ਬਹੁਤ ਬਹੁਤ ਮੁਬਾਰਕਾਂ ਆਪ ਜੀ ਦੇ ਪਰਿਵਾਰ ਨੂੰ, ਬਹੁਤ ਬਹੁਤ ਮੁਬਾਰਕਾਂ ਆਪ ਜੀ ਦੇ ਇਲਾਕੇ ਨੂੰ, ਬਹੁਤ ਬਹੁਤ ਮੁਬਾਰਕਾਂ ਆਪ ਜੀ ਦੇ ਆਂਢੀਆਂ ਗੁਆਂਢੀਆਂ ਨੂੰ ਵੀ ਮੁਬਾਰਕਾਂ। ਹਾਂਜੀ ਹਾਂਜੀ, ਹੋਰ ਠੀਕ ਠਾਕ ਹੋ? ਹਾਂ, ਬਹੁਤ। ਕੀ ਸੇਵਾ ਕਰੀਏ, ਕੀ ਹੁਕਮ ਹੈ ਅੱਜ, ਕੀ ਹੈ ਦੱਸੋ ਮੈਨੂੰ, ਕਿਹੜੇ ਸਿੰਗਰ ਦਾ ਗਾਣਾ ਸੁਣਨਾ? ਗਾਣਾ ਕੋਈ ਵੀ ਸੁਣਾਓ ਜੀ, ਜਿਹੜਾ ਆਪਣੀ ਮਰਜ਼ੀ ਦਾ ਸੁਣਾਓ। ਚਲੋ ਆਪਦੀ ਮਰਜ਼ੀ ਦਾ ਹੀ ਸੁਣਾ ਦਿੰਦੇ ਹਾਂ ਆਪਾਂ ਹਰ ਵਾਰੀ, ਚਲੋ ਮੁਬਾਰਕਾਂ ਤਾਂ ਸਭ ਨੂੰ ਦਿੰਦੇ ਹੀ ਦਿੰਦੇ ਹਾਂ, ਹਨਾ, ਜਦੋਂ ਵੀ ਨਵੇਂ ਸਾਲ ਦਾ ਆਗਾਜ਼ ਹੁੰਦਾ ਆਪਾਂ ਕੋਈ ਸੋਚਾਂ ਵੀ ਸੋਚੀਆਂ ਹੁੰਦੀਆਂ ਆਪਾਂ, ਕੀ ਲੱਗਦਾ ਤੁਹਾਨੂੰ ਕਿ ਕੀ ਸੋਚ ਹੋਣੀ ਚਾਹੀਦੀ ਹੈ ਬੰਦੇ ਦੀ ਹਰ ਵਾਰ ਜਦੋਂ ਵੀ ਕੋਈ ਨਵੀਂ ਸੋਚ ਸੋਚਦਾ ਹੈ ਬੰਦਾ? ਹਾਂਜੀ, ਟੀਵੀ ਦੇਖ ਰਹੇ ਹੋ? ਧਿਆਨ ਟੀਵੀ ਵੱਲ ਚੱਲ ਗਿਆ ਇਹਨਾਂ ਦਾ। ਹੈਲੋ ਹੈਲੋ ਹੈਲੋ, ਆਵਾਜ਼ ਆ ਰਹੀ ਹੈ ਜੀ?
ਹਾਂਜੀ ਹਾਂਜੀ ਆ ਗਈ ਹੈ। ਮੈਂ ਕਿਹਾ ਤੁਹਾਨੂੰ ਕੀ ਲੱਗਦਾ ਨਵੇਂ ਸਾਲ ਤੇ ਬੰਦੇ ਦੀ ਨਵੀਂ ਸੋਚ ਕੀ ਹੋਣੀ ਚਾਹੀਦੀ ਹੈ, ਪਹਿਲੀ ਸੋਚ ਕੀ ਹੋਣੀ ਚਾਹੀਦੀ ਹੈ? ਦੇਖੋ ਜੀ, ਕੋਈ ਵੱਧ ਤੋਂ ਵੱਧ ਕੋਈ ਉਹਨੂੰ ਨੇਕੀ ਦਾ ਕੰਮ ਕਰਨਾ ਚਾਹੀਦਾ ਵਾ। ਜਿਸ ਤਰ੍ਹਾਂ ਹੁਣ ਮੈਂ ਤੇ ਪੈਨਸ਼ਨਾਂ ਲਵਾਉਣ ਡਿਆ ਜੇ ਬਜ਼ੁਰਗਾਂ ਦੀਆਂ ਜਿਹੜੇ 80 ਸਾਲ ਤੋਂ ਉੱਪਰ ਵਾਲੇ ਆ, ਉਹਨਾਂ ਦਾ 500-500 ਰੁਪਇਆ ਕੇਂਦਰ ਵੱਲੋਂ ਹੋਰ ਲੱਗਣਾ। 20 ਦੀਆਂ ਮੈਂ ਲਿਸਟਾਂ ਜਿਹੜੀਆਂ ਭੇਜ ਦਿੱਤੀਆਂ ਵਾ। ਕੀ ਬਾਤ ਹੈ! ਤੋ ਏਦਾਂ ਦੇ ਨੇਕੀ ਦੇ ਕੰਮ ਕਰਨੇ ਚਾਹੀਦੇ ਆ। ਮੈਂ ਪਹਿਲਾਂ ਵੀ ਇਹ ਚੀਜ਼ ਦੀ ਗੁਜ਼ਾਰਿਸ਼ ਕੀਤੀ ਸੀ, ਬੇਨਤੀ ਕੀਤੀ ਸੀ, ਸੋ ਸਰਪੰਚ ਸਾਹਿਬ ਵੀ ਇਹ ਚੀਜ਼ ਕਰਦੇ ਨੇ। ਸੋ ਆਪਦੀ ਲਾਈਫ ਦੇ ਵਿੱਚੋਂ ਦੇਖੋ, ਇਹਨਾਂ ਨੇ ਇੰਨੀ ਮਿਹਨਤ ਕੀਤੀ ਆ, ਪਹਿਲਾਂ ਤਾਂ ਬੱਚਿਆਂ ਨੂੰ ਪੜ੍ਹਾਇਆ ਵੀ ਆ, ਹੈ ਨਾ, ਮਾਸਟਰੀ ਵੀ ਕੀਤੀ ਆ, ਟੀਚਰ ਰਹੇ ਨੇ। ਸੋ ਉਸ ਤੋਂ ਬਾਅਦ ਹੁਣ ਰਿਟਾਇਰ ਹੋਣ ਤੋਂ ਬਾਅਦ ਵੀ ਆਪਦੇ ਜਿਹੜੀਆਂ ਯੋਗਦਾਨ ਨੇ, ਸੇਵਾਵਾਂ ਨੇ ਸਮਾਜ ਦੇ ਵਿੱਚ ਦੇ ਰਹੇ ਨੇ। ਸੋ ਅਸੀਂ ਵੀ ਕਿਤੇ ਨਾ ਕਿਤੇ ਇੱਦਾਂ ਦਾ ਕੁਛ ਯੋਗਦਾਨ ਜ਼ਰੂਰ ਦਈਏ, ਸਮਾਜ ਦੇ ਵਿੱਚ ਦਈਏ, ਜਿਹਦੇ ਨਾਲ ਸਾਡੇ ਸਮਾਜ ਦੀ ਭਲਾਈ ਦਾ ਕੰਮ ਹੋ ਸਕੇ, ਉਹਨਾਂ ਜਿਹੜੇ ਜ਼ਰੂਰਤਮੰਦ ਲੋਕ ਨੇ ਉਹਨਾਂ ਦੀ ਭਲਾਈ ਦਾ ਕੰਮ ਹੋ ਸਕੇ। ਸੋ ਇੱਦਾਂ ਦਾ ਯੋਗਦਾਨ ਜ਼ਰੂਰ ਪਾਇਆ ਕਰੀਏ। ਸੋ ਨਵੇਂ ਸਾਲ ਦੇ ਵਿੱਚ ਜ਼ਰੂਰ ਇੱਦਾਂ ਦਾ ਕੁਛ ਨਾ ਕੁਛ ਸੋਚੋ ਅਤੇ ਜਾ ਕੇ ਜ਼ਰੂਰ ਕੁਛ ਨਾ ਕੁਛ ਜ਼ਰੂਰ ਕਰੀਏ। ਫਿਲਹਾਲ ਗਾਣਾ ਵੀ ਇੰਜੋਏ ਕਰਨਾ ਹੈ, ਆਪਾਂ ਕਰਾਂਗੇ, ਪਰ ਰੁਕਣਾ ਪੈਣਾ ਥੋੜ੍ਹਾ ਜਿਹਾ, ਕਿਉਂਕਿ ਤੁਸੀਂ ਕਾਲ ਨਹੀਂ ਕਰ ਰਹੇ ਹਾਲੇ ਤੱਕ। ਜਿਹੜੇ ਮੋਬਾਈਲ ਫੋਨ ਸਾਈਡ 'ਤੇ ਪਏ ਆ, ਚੱਕ ਲਓ ਭਾਈ, ਨੰਬਰ ਟੀਵੀ ਸਕਰੀਨ 'ਤੇ 9216162, ਹੋ ਸਕਦਾ ਅਗਲਾ ਕੋਲ ਤੁਹਾਡਾ ਵੀ ਹੋਵੇ। ਸੋ ਕਰੋ ਕਾਲ, ਉਦੋਂ ਤੱਕ ਮੈਂ ਮਾੜਾ ਜਿਹਾ ਜਾ ਕੇ ਆਇਆ, ਮੈਂ ਕਿਸੇ ਨੂੰ ਵਿਸ਼ ਕਰਨੀ ਆ, ਉਹ ਰਹਿ ਗਈ ਸੀ, ਉਹ ਮੈਂ ਵਿਸ਼ ਕਰਕੇ ਆਇਆ ਹਾਂ। ਫਿਲਹਾਲ ਬ੍ਰੇਕ ਲੈਂਦੇ ਹਾਂ ਜੀ। ਕਾਲਰ ਰੈਡੀ ਨੇ, ਗੱਲ ਕਰਦੇ ਆ ਤੇ ਗਾਣਾ ਵੀ ਸੁਣਾਵਾਂਗੇ, ਪੈਂਡਿੰਗ ਪਿਆ ਹੋਇਆ ਹਲੇ, ਪਹਿਲਾਂ ਗੱਲ ਕਰ ਲਈਏ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਪੈਰੀ ਬਹੁਤ ਬਹੁਤ ਮੁਬਾਰਕਾਂ ਆਪ ਜੀ ਨੂੰ ਵੀ, ਬਹੁਤ ਬਹੁਤ ਮੁਬਾਰਕਾਂ ਜੀ, ਨਵੇਂ ਸਾਲ ਦੀਆਂ ਆਪ ਜੀ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਪੂਰੀ ਦਿੱਲੀ ਨੂੰ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ, ਧੰਨਵਾਦ ਜੀ। ਮਨਜੀਤ ਕੌਰ ਬੋਲ ਰਹੀ ਹਾਂ ਦਿੱਲੀ ਤੋਂ ਜੀ। ਸ਼ਹਿਰ ਦਾ ਅਸੀਂ ਦੱਸ ਹੀ ਦਿੱਤਾ ਸੀ। ਖੁਸ਼ੀਆਂ ਕਿਹੜੇ ਮਾਣਦੇ ਰਹੋ। ਹੋਰ ਆਂਟੀ ਜੀ ਕਿਵੇਂ ਹੋ, ਠੀਕ ਠਾਕ ਹੋ? ਹਾਂਜੀ ਬਸ ਠੀਕ ਹੈ। ਬੁੱਢੇ ਬੰਦੇ ਮਾੜੇ ਮੋਟੇ ਤੇ ਹੋ ਹੀ ਜਾਂਦੇ ਨੇ, ਢਿੱਲੇ ਮੱਠੇ ਢਿੱਲੇ ਮੱਠੇ ਤਾਂ ਚਲੋ ਹੋ ਹੀ ਜਾਂਦੇ ਆ, ਇਹ ਤਾਂ ਹੁਣ ਜ਼ਿੰਦਗੀ ਦਾ ਇੱਕ ਹਿੱਸਾ ਹੀ ਹੈ। ਨਵੇਂ ਸਾਲ ਤੇ ਬੰਦੇ ਦੀ ਕੀ ਸੋਚ ਹੋਣੀ ਚਾਹੀਦੀ ਹੈ, ਹਨਾ, ਬੰਦਾ ਕੀ ਸੋਚੇ ਨਵੇਂ ਸਾਲ ਤੇ? ਪਰ ਮੈਂ ਤੁਹਾਨੂੰ ਇਹ ਪੁੱਛਾਂਗਾ, ਤੁਸੀਂ ਨਵੇਂ ਸਾਲ ਤੇ ਕਿਹੜੀ ਨਵੀਂ ਡਿਸ਼ ਬਣਾਈ ਸੀ? ਸਾਗ ਆਏ ਹਾਏ, ਓਹੋ ਜੋ ਪਸੰਦ ਹੋਏ, ਜੋ ਉਹਨਾਂ ਦਾ ਟੇਸਟ, ਜੋ ਉਹਨਾਂ ਦੀ ਚੋਇਸ ਹੁੰਦੀ ਹੈ, ਉਹ ਉਹਨਾਂ ਨੂੰ ਘਰ ਚ ਹੀ ਮਿਲ ਜਾਣਾ, ਔਰ ਉਹ ਵੀ ਆਪਣੇ ਮਤਲਬ ਦੀ, ਉਹ ਬਾਹਰ ਵੀ ਨਹੀਂ ਮਿਲਦੀ, ਹੈ ਕਿ ਨਹੀਂ? ਹਾਂਜੀ ਹਾਂਜੀ, ਬਿਲਕੁਲ। ਸ਼ੁਕਰੀਆ ਜੀ ਆਂਟੀ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਬਸ ਪਰਮਾਤਮਾ ਤੁਹਾਨੂੰ ਇੱਦਾਂ ਹੀ ਖੁਸ਼ ਰੱਖੇ, ਹੱਸਦੇ ਰਹੋ, ਖੁਸ਼ੀਆਂ ਖੇੜੇ ਮਾਣਦੇ ਰਹੋ। ਤੁਹਾਡੇ ਲਈ ਵੀ ਨਵਾਂ ਸਾਲ ਇਹੀ ਇੱਦਾਂ ਹੀ ਪਿਆਰ ਲੈ ਕੇ ਆਏ ਔਰ ਖੁਸ਼ੀਆਂ ਖੇੜਿਆ ਵਾਲਾ ਰਹੇ। ਸੋ ਗੱਲ ਇਹੀ ਹੈ, ਜਿੱਥੇ ਆਪਾਂ ਨਵਾਂ ਸਾਲ ਬਾਹਰ ਭਾਈ ਸੈਲੀਬ੍ਰੇਟ ਕਰਨ ਚਲੇ ਜਾਂਦੇ ਹਾਂ, ਕੋਈ ਬਾਹਰ ਡਿਨਰ 'ਤੇ ਚਲਾ ਜਾਂਦਾ ਹੈ, ਨਾ ਕੋਈ ਫੈਮਿਲੀ ਨਾਲ ਘੁੰਮਣ ਚਲੇ ਜਾਂਦਾ, ਕੋਈ ਕਿਤੇ ਚਲਾ ਜਾਂਦਾ, ਬਸ ਕੀ ਹੁੰਦਾ, ਇੱਕ ਆਪਾਂ ਸਮਾਂ ਆਪਣਾ ਸਪੈਂਡ ਕਰਨਾ ਹੁੰਦਾ, ਇੱਕ ਮੈਮਰੀ ਬਣਾਉਣੀ ਹੁੰਦੀ ਹੈ। ਸੋ ਮੈਮਰੀਜ਼ ਘਰ 'ਚ ਵੀ ਬਣ ਜਾਂਦੀਆਂ ਨੇ, ਸੋ ਇਸੇ ਤਰੀਕੇ ਨਾਲ ਹੀ ਮੈਮਰੀਜ਼ ਬਣਾ ਸਕਦੇ ਹਾਂ, ਵਧੀਆ ਵਧੀਆ ਚੀਜ਼ਾਂ ਕਰ ਸਕਦੇ ਹਾਂ। ਬਸ ਪਿਆਰ ਬਣਾ ਕੇ ਰੱਖੋ, ਕਾਲ ਕਰਦੇ ਰਹੋ।
ਪ੍ਰੋਗਰਾਮ ਹਾਲੇ ਚੱਲ ਰਿਹਾ, ਫਿਲਹਾਲ ਜਿਹੜਾ ਗਾਣਾ ਪੈਂਡਿੰਗ ਪਿਆ ਹੋਇਆ ਔਰ ਆਂਟੀ ਜੀ ਨੂੰ ਸੁਣਾਉਣਾ, ਆਓ ਗਾਣਾ ਇੰਜੋਏ ਕਰਦੇ ਹਾਂ। ਕਾਲਰ ਰੈਡੀ, ਗੱਲ ਕਰਦੇ ਹਾਂ। ਹੈਲੋ, ਨਵੇਂ ਸਾਲ ਕੀ ਪਹਿਲੀ ਰਾਮ ਰਾਮ ਆਪ ਕੇ ਨਾਮ, ਹੈਪੀ ਨਿਊ ਈਅਰ। ਹਾਂਜੀ, ਰਾਮ ਰਾਮ ਜੀ। ਰਾਮ ਰਾਮ ਜੀ, ਕਿਆ ਬਾਤ ਹੈ ਔਰ ਕਿਆ ਰਾਈਮਿੰਗ ਬਣਾਈ ਹੈ ਸੰਜੇ ਜੀ। ਦੇਖ ਲਓ, ਤੁਸੀਂ ਲੇਟ ਹੈਗੇ ਹੋ, ਮੈਂ ਸ਼ੁਰੂ ਤੋਂ ਬਣਾ ਕੇ ਬੈਠਾ ਆ, ਤੁਸੀਂ ਲੇਟ ਕਰ ਦਿੱਤਾ। ਵਾਹ 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 ਵਾਹ, ਕਿਆ ਬਾਤ ਹੈ ਯਾਰ, ਰੂਹ ਖੁਸ਼ ਹੋ ਗਈ ਅੱਜ ਤਾਂ। ਰਾਮ ਰਾਮ ਜੀ ਕਬੂਲ ਸਾਡੇ ਵੱਲੋਂ ਵੀ ਕਰੋ, ਨਵੇਂ ਸਾਲ ਦੀ ਪਹਿਲੀ ਰਾਮ ਰਾਮ। ਹੋਰ ਸੰਜੇ ਜੀ, ਠੀਕ ਠਾਕ ਹੋ? ਬਹੁਤ ਵਧੀਆ ਜੀ। ਮੈਂ ਤੁਹਾਨੂੰ ਟਾਸਕ ਦੇਣਾ ਇੱਕ। ਟਾਸਕ? ਹਾਂਜੀ। ਅੱਛਾ ਜੀ, ਉਹ ਟਾਸਕ ਕਿਸ ਤਰ੍ਹਾਂ ਦਾ, ਹੁਣੇ ਪਰਫਾਰਮ ਕਰਨਾ ਪਏਗਾ? ਕੋਈ ਏਦਾਂ ਬਹੁਤ ਵੱਡਾ ਟਾਸਕ ਤਾਂ ਨਹੀਂ ਦੇ ਰਹੇ? ਬਿਲਕੁਲ ਜੀ ਬਿਲਕੁਲ, ਪਹਿਲੇ ਤੇ ਇੱਕ ਜਿਹੜੀ ਤੁਹਾਡੇ ਸਾਹਮਣੇ ਜਿਹੜੀ ਟੀਮ ਹੈਗੀ, ਉਹਨਾਂ ਦਾ ਸਾਰਿਆਂ ਦਾ ਨਾਮ ਲੈਣਾ ਪਏਗਾ ਜੀ। ਅੱਛਾ ਜੀ, ਜਿਹੜੀ ਮੇਰੇ ਨਾਲ ਟੀਮ ਹੈਗੀ ਹੈ? ਬਿਲਕੁਲ ਜੀ, ਸਾਰਿਆਂ ਦਾ, ਇੱਕ ਇੱਕ ਬੰਦੇ ਦਾ, ਇੱਕ ਇੱਕ ਬੰਦੇ ਦਾ, ਕੈਮਰਾਮੈਨ, ਜੇ ਮੈਂ ਸਭ। ਬਿਲਕੁਲ ਬਿਲਕੁਲ, ਜਿਹੜੇ ਮੇਰੇ ਨਾਲ ਮੇਰੇ ਸਾਥੀ ਨੇ, ਜਿਹੜੇ ਮੇਰਾ ਪ੍ਰੋਗਰਾਮ ਚ ਸਾਥ ਨਿਭਾਉਂਦੇ ਨੇ, ਸੋ ਮੈਂ ਸਭ ਦਾ ਨਾਮ ਲੈ ਦਿੰਦਾ ਤੁਹਾਨੂੰ, ਜਿਹੜੇ ਤੁਸੀਂ ਗਾਣੇ ਇੰਜੋਏ ਕਰਦੇ ਹੋ ਨਾ ਟੀਵੀ ਦੇ ਉੱਪਰ ਬੈਠ ਕੇ। ਹਾਂਜੀ, ਇਹ ਤੁਹਾਨੂੰ ਪਤਾ, ਗੱਲ ਕਰਦੇ ਕਰਦੇ, ਹੁਣ ਮੈਂ ਤਾਂ ਕੋਈ ਰਿਮੋਟ ਫੜਿਆ ਨਹੀਂ ਹੋਇਆ ਹੱਥ 'ਚ, ਕਿ ਐਂ ਕਰਾਂ ਕਲਿੱਕ ਕਰਦੇ ਗਾਣਾ ਆ ਜੇ। ਸੋ ਇਹ ਡਿਊਟੀ ਨਿਭਾ ਰਹੇ ਨੇ ਇਸ ਟਾਈਮ ਸਾਡੇ ਸਰਦਾਰ ਜਸਕਰਨ ਸਿੰਘ ਜੀ, ਜਿਹਨੂੰ ਕਹਿੰਦੇ ਆ ਅਸੀਂ ਸਵਿਚਿੰਗ ਦੇ ਉੱਪਰ ਨੇ। ਸੋ ਉਸਦੇ ਨਾਲ ਹੀ ਜਿਹੜੀ ਤੁਹਾਡੀ ਮੇਰੇ ਨਾਲ ਗੱਲ ਹੋ ਪਾਉਂਦੀ ਹੈ, ਉਸ ਡਿਊਟੀ ਦੇ ਉੱਪਰ ਹੈਗੇ ਨੇ ਜੀ ਮੇਰੇ ਨਾਲ ਸਰਦਾਰ ਸੰਦੀਪ ਸਿੰਘ ਜੀ। ਠੀਕ ਹੈ ਜੀ, ਠੀਕ ਹੈ ਜੀ। ਸੋ ਜਿਹੜੀ ਤੁਹਾਡੀ ਕਾਲ ਮੇਰੇ ਕੋਲ ਆਉਂਦੀ ਹੈ, ਇਹ ਮੈਨੂੰ ਪਤਾ ਕਿਵੇਂ ਲੱਗੇਗਾ? ਇਹ ਮੈਨੂੰ ਦੱਸਣ ਲਈ ਵੀ ਇੱਕ ਬੰਦਾ ਮੇਰੇ ਕੋਲ ਬੈਠਾ ਹੋਇਆ ਹੈ। ਸੋ ਉਹ ਮੇਰੇ ਨਾਲ ਬੈਠੇ ਹੋਏ ਨੇ ਜੀ, ਸਤਪਾਲ ਭਾਰਦਵਾਜ ਜੀ। ਠੀਕ ਹੈ ਜੀ, ਠੀਕ ਹੈ ਜੀ। ਔਰ ਇੱਕ ਹੋਰ ਸਾਥੀ ਨੇ, ਇਹ ਜਿਹੜਾ ਥੋੜ੍ਹਾ ਜਿਹਾ ਚਿਹਰਾ ਖੂਬਸੂਰਤ ਬਣਾਉਣ ਦੇ ਵਿੱਚ, ਮਤਲਬ ਥੋੜ੍ਹੀ ਸਟੂਡੀਓ ਦੇ ਵਿੱਚ ਤਾਂ ਲੋੜ ਪੈਂਦੀ ਆ, ਮੇਕਅਪ ਆਰਟਿਸਟ ਜਿਹੜੇ, ਸੋ ਉਹ ਭਾਈ ਸਾਹਿਬ ਮੇਰੇ ਸੁਰਿੰਦਰ ਜੀ। ਠੀਕ ਹੈ ਜੀ, ਠੀਕ ਹੈ ਜੀ। ਸੋ ਡਾਇਰੈਕਟਰ ਸਾਹਿਬ ਸਾਡੇ ਸਤਿਆਜੀਤ ਜੀ। ਠੀਕ ਹੈ ਜੀ, ਉਹਨਾਂ ਨੂੰ ਵਿਸ਼ ਕਰਤਾ ਸੀ, ਮੈਸੇਜ ਕਰਤਾ ਸੀ। ਅੱਛਾ ਜੀ, ਨਵੇਂ ਸਾਲ ਦਾ। ਅੱਛਾ ਜੀ, ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਔਰ ਇਹ ਸਾਰੇ ਕਹਿੰਦੇ ਨਾ, ਇੱਕ ਟੀਮ ਦੇ ਨਾਲ ਹੀ ਪੰਜ ਉਂਗਲਾਂ ਨਾਲ ਮੁੱਠੀ ਬਣਦੀ ਹੈ। ਸੋ ਟੀਮ ਤੋਂ ਬਿਨਾ ਕੋਈ ਵੀ ਚੀਜ਼ ਪੋਸੀਬਲ ਨਹੀਂ ਹੁੰਦੀ। ਸੋ ਮੇਰੇ ਇਕੱਲੇ ਦਾ ਕੰਮ ਨਹੀਂ ਹੈਗਾ, ਸੋ ਹਰ ਇੱਕ ਦਾ ਆਪਦਾ ਆਪਦਾ ਕੰਮ ਹੈ। ਮੇਰੀ ਇਹ ਡਿਊਟੀ ਹੈ, ਜਿਹਦੀ ਜੋ ਡਿਊਟੀ ਹੈ ਉਹ ਇਹ ਕਰ ਰਿਹਾ। ਸੋ ਮੈਂ ਤੁਹਾਨੂੰ ਨਾਮ ਦੱਸ ਦਿੱਤੇ ਆ ਸਾਰਿਆਂ ਦੇ, ਹੁਣ ਇਹ ਟਾਸਕ ਮੈਂ ਪੂਰਾ ਕਰ ਦਿੱਤਾ, ਹੁਣ ਇਹਦਾ ਗਿਫਟ ਦੱਸੋ ਮੈਨੂੰ ਕੀ ਦੇ ਰਹੇ ਹੋ ਤੁਹਾਨੂੰ ਗਿਫਟ? ਹਾਂ, ਕਰ ਦਿਓਗੇ? ਪੂਰਾ ਕਰ ਦਿਓਗੇ? ਦੇਖ ਲਓ, ਗਿਫਟ ਤਾਂ ਤੁਸੀਂ ਦੇਣਾ, ਹੁਣ ਟਾਸਕ ਤਾਂ ਮੈਂ ਪੂਰਾ ਕਰ ਹੀ ਦਿੱਤਾ। ਗਾਣੇ ਦਾ ਕਾਪੀ ਰਾਈਟ ਆ ਜਾਏਗਾ? ਨਹੀਂ ਹੁੰਦਾ, ਅੱਜ ਨਕਲ ਥੋੜੀ ਕਰਦੀ, ਆਪਣੇ ਕੋਲ ਗਾਣਾ ਹੈਗਾ। ਅੱਛਾ ਅੱਛਾ ਅੱਛਾ, ਚਲੋ ਇਹ ਵੀ ਦੋ ਲਾਈਨਾਂ ਗਾ ਦਿੰਦੇ ਹਾਂ। ਹਾਂਜੀ, ਕਿਹੜਾ ਸੁਣੋਗੇ ਦੱਸੋ? ਤੁਹਾਡੀ ਆਪਣੀ ਮਰਜ਼ੀ ਦਾ, ਜਿਹੜਾ ਪਤਾ ਲੱਗਿਆ ਕੁਛ ਕੀਤਾ ਅੱਜ। ਭੋਲੇ ਓ ਭੋਲੇ ਮੇਰੇ ਯਾਰ ਸੇ ਮਿਲਾ ਦੇ। ਚਲੋ ਮਹਾਰਾਜ, ਇੰਨਾ ਅੱਜ ਇੰਨਾ ਹੀ ਕਬੂਲ ਕਰ ਲਓ। ਸ਼ੁਕਰੀਆ, ਥੈਂਕ ਯੂ ਸਰ, ਸ਼ੁਕਰੀਆ ਸ਼ੁਕਰੀਆ। ਬਸ ਹੱਸਦੇ ਰਹੋ, ਵੱਸਦੇ ਰਹੋ ਜੀ। ਖੁਸ਼ੀਆਂ ਖੇੜਿਆ ਵਾਲਾ ਨਵਾਂ ਸਾਲ ਹੋਇਆ ਆਪ ਸਭ ਲਈ।
ਸੋ ਨਾਰਾਜ਼ ਕਿਸੇ ਨੂੰ ਨਹੀਂ ਕਰਨਾ ਯਾਰ, ਬਸ ਇਹ ਕੋਸ਼ਿਸ਼ ਵੀ ਰੱਖਿਆ ਕਰੋ ਕਿ ਤੁਹਾਡੇ ਤੋਂ ਕੋਈ ਨਾਰਾਜ਼ ਨਾ ਹੋ ਜਾਏ। ਸੋ ਕਹਿੰਦੇ ਆ ਨਾ ਕਿ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ, ਸੋ ਆਪਾਂ ਕਿਸੇ ਨੂੰ ਜੇ ਖੁਸ਼ੀ ਨਹੀਂ ਦੇ ਸਕਦੇ ਤਾਂ ਐਟਲੀਸਟ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਸੋ ਜਿਨ੍ਹਾਂ ਕੋਲੋਂ ਇਹ ਚੀਜ਼ਾਂ ਗਲਤੀਆਂ ਹੋ ਜਾਂਦੀਆਂ ਨੇ, ਸੋ ਨਵੇਂ ਸਾਲ ਦੇ ਵਿੱਚ ਇਹ ਗਲਤੀਆਂ ਵੀ ਸੁਧਾਰ ਲਓ ਆਪਣੀਆਂ। ਕਿਸੇ ਨਾਲ ਕੋਈ ਦੋਸਤਾ ਗਿਲਾ ਹੈਗਾ, ਗੁੱਸਾ ਗਿਲਾ ਹੈਗਾ, ਉਹਨੂੰ ਖਤਮ ਕਰ ਦਿਓ ਅਤੇ ਗਲੇ ਮਿਲ ਲਿਓ, ਸੋਰੀ ਭਾਵੇਂ ਤੁਸੀਂ ਕਹਿ ਦਿਓ, ਚੀਜ਼ ਉੱਥੇ ਹੀ ਖਤਮ ਹੋ ਜਾਂਦੀ ਹੈ। ਛੋਟਾ ਜਿਹਾ ਲਫ਼ਜ਼ ਹੈ ਸੋਰੀ, ਉਸ ਨਾਲ ਹੀ ਸਾਰਾ ਕੁਝ ਸੈੱਟ ਹੋ ਜਾਂਦਾ ਹੈ। ਗਾਣਾ ਰੈਡੀ ਹੈ, ਆਓ ਇੰਜੋਏ ਕਰਦੇ ਹਾਂ। ਸੋ ਮਜ਼ਾ ਆਇਆ ਜੀ ਤੁਹਾਡੇ ਸਭ ਨਾਲ ਗੱਲ ਕਰਕੇ। ਨਵੇਂ ਸਾਲ ਦੀ ਸ਼ੁਰੂਆਤ ਇੱਦਾਂ ਦੀ ਹੋਈ ਹੈ, ਸੋ ਇਹ ਸਾਲ ਇੱਦਾਂ ਹੀ ਤਰੀਕੇ ਨਾਲ ਚੱਲਦਾ ਰਹੇ, ਪੋਜ਼ਿਟਿਵ ਰਹੇ, ਸਭ ਲਈ ਖੁਸ਼ੀਆਂ ਖੇੜਿਆਂ ਵਾਲਾ ਰਹੇ, ਇੱਦਾਂ ਹੀ ਸੈਲੀਬ੍ਰੇਟ ਕਰਦੇ ਰਹੀਏ, ਫੋਨ ਕਾ ਫੰਡਾ ਦੇਖਦੇ ਰਹੀਏ। ਹਰ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਦੁਪਹਿਰ ਨੂੰ 2 ਵਜੇ ਓਨਲੀ ਓਨ ਚੜ੍ਹਦੀ ਕਲਾ ਟਾਈਮ ਟੀਵੀ। ਸੋ ਮੁਲਾਕਾਤ ਹੋਏਗੀ ਅਗਲੇ ਐਪੀਸੋਡ 'ਚ। ਟਿਲ ਦੈਨ ਟੇਕ ਕੇਅਰ, ਬਾਏ ਬਾਏ, ਰੱਬ ਰੱਖਾ, ਖੁਸ਼ ਰਹੋ, ਆਬਾਦ ਰਹੋ। ਰਿਧਮ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।